सत श्री अकाल जी, मैं गुरप्रीत दबड़ी खाना अज तुहानू ले आया लोहारा फार्म, पिंड लोहारा, जिला मोगा, नेड़े बिलासपुर। क्यों ले आया, की खास गल है, ये सारा कुछ जानते हैं। मेरे नाल मौजूद ने खेत के मालक कह लो, सेवक कह लो, श्री राजविंदर सिंह धालीवाल, इन्हां नाल गल करते हैं। सत श्री अकाल। सत श्री अकाल जी। क्यों गुरप्रीत दबड़ी खाना बार बार आ जाता है? 2017 ਦੇ ਵਿੱਚ ਗੁਰਪ੍ਰੀਤ ਜੀ ਨਾਲ ਮੇਰਾ ਮੇਲ ਹੋਇਆ ਜੀ, ਅਤੇ ਅਸੀਂ ਦੋਨਾਂ ਨੇ ਕਹਿੰਦੇ ਇੱਕ ਪੌਦਾ ਲਾਇਆ ਸੀ ਲੋਹਾਰਾ ਫਾਰਮ ਦੇ ਨਾਮ 'ਤੇ, ਜਿੱਥੇ ਕੁਦਰਤੀ ਖੇਤੀ ਔਰਗੈਨਿਕ ਫਾਰਮਿੰਗ ਕਹਿ ਦਿੰਦੇ ਆਪਾਂ ਕਰਦੇ ਪਏ ਹਾਂ। ਹਾਂਜੀ ਜੀ। ਸੋ ਦੋਸਤੋ, ਇੱਦਾਂ ਸਾਡਾ 2017 'ਚ ਮੇਲ ਹੋਇਆ ਅਤੇ ਸਾਡੇ ਇਸ ਜੁੱਟ ਦੇ ਵਿੱਚ ਇੱਕ ਤੀਜਾ ਬੰਦਾ ਸਾਡਾ ਵੱਡਾ ਭਰਾ ਰਲਿਆ, ਕਮਲਜੀਤ ਹੇਅਰ। ਅਤੇ ਉਂਝ ਤਾਂ ਕਹਿੰਦੇ ਹੁੰਦੇ ਤਿੰਨ ਰਲੇ ਕੰਮ ਗਲੇ, ਪਰ ਇੱਥੇ ਤਿੰਨ ਰਲੇ ਅਤੇ ਕੰਮ ਬਣੇ ਹੋ ਗਿਆ। ਤਾਂ ਅਸੀਂ ਤਿੰਨਾਂ ਦੇ ਤਿੱਕੜੀ ਨੇ ਮਿਲ ਕੇ ਲੋਹਾਰਾ ਫਾਰਮ ਦੀ ਸਥਾਪਨਾ ਕੀਤੀ ਅਤੇ ਇੱਥੇ ਜਿਹੜਾ ਹੈਗਾ ਕੁਦਰਤੀ ਖੇਤੀ ਤਹਿਤ ਗੰਨੇ ਨੂੰ ਮੁੱਖ ਫਸਲ ਵਜੋਂ ਕਾਸ਼ਤ ਕਰਨ ਦਾ ਉਪਰਾਲਾ ਕੀਤਾ। ਡਿਜ਼ਾਈਨ ਆਪਣਾ ਉਹਨਾਂ ਨੇ, ਹਾਂ ਡਿਜ਼ਾਈਨ ਕਮਲਜੀਤ ਹੇਅਰ ਭਾਅ ਜੀ ਦਾ, ਅਤੇ ਬਾਕੀ ਜਿਹੜੀਆਂ ਅੰਦਰ ਫਸਲਾਂ ਕਿਵੇਂ ਬੀਜਣੀਆਂ, ਕਿਹੜੀਆਂ ਬੀਜਣੀਆਂ, ਕਿਵੇਂ ਉਹਨਾਂ ਨੂੰ ਪਾਲਣਾ, ਉਹ ਜ਼ਿੰਮੇਵਾਰੀ ਮੇਰੇ 'ਤੇ ਸੀਗੀ। ਅਤੇ ਖੇਤੀ ਕਰਨੀ ਹੈ ਕਿਹਨੇ, ਉਹ ਜ਼ਿੰਮੇਵਾਰੀ ਇਹ ਬਾਈ 'ਤੇ ਸੀ। ਤਾਂ ਤਿੰਨ ਰਲੇ ਅਤੇ ਆਹ ਜਿਹੜਾ ਬੂਟਾ ਲੱਗਿਆ, ਅਤੇ ਇਸ ਬੂਟੇ ਦੇ ਪਿੱਛੇ ਦੀ ਕਹਾਣੀ ਤਾਂ ਤੁਹਾਨੂੰ ਦੱਸਤੀ ਹੈ ਵੀ ਬੂਟਾ ਹੁਣ ਫਲ ਦੇ ਰਿਹਾ। ਬਸ ਜੀ ਆ ਗਿਆ। ਆ ਗਿਆ? ਹਾਂਜੀ, 3 ਸਾਲਾਂ ਬਾਅਦ ਬੂਟੇ ਨੂੰ ਫਲ ਪੈਣ ਹੀ ਲੱਗ ਜਾਂਦਾ। ਹਾਂਜੀ ਹਾਂਜੀ ਆ ਗਿਆ ਜੀ, ਮਿਲਦੇ ਆ ਜਿਹੜੇ ਛੋਟੇ ਬੂਟੇ ਨੂੰ, ਕੋਈ ਗਰਮੀ ਸਰਦੀ ਹਵਾ ਉਹ ਇਹਨੇ ਚੱਲ ਚੁੱਕਿਆ ਜੀ, ਚੱਲ ਚੁੱਕਿਆ ਜੀ, ਸਾਰੀਆਂ ਵਾਵਾਂ ਵਗ ਗਈਆਂ, ਹੁਣ ਬੂਟਾ ਕਾਇਮ ਹੈ, ਛਾਂ ਦੇਣ ਲੱਗ ਗਿਆ ਤੇ ਫਲ ਵੀ ਦੇਣ ਲੱਗ ਗਿਆ ਜੀ, ਤਾਂ ਫਲ ਵੀ ਆ ਰਿਹਾ। ਹਾਂਜੀ ਹਾਂਜੀ। ਤਾਂ ਹੁਣ ਜਿਹੜੀਆਂ ਨੂੰ ਕੋਈ ਔਕੜਾਂ ਵੀ ਆਉਣਗੀਆਂ, ਉਹ ਵੀ ਕੋਈ ਉਨੀਆਂ ਜ਼ਿਆਦਾ ਉਨੀਆਂ ਨਹੀਂ ਆਉਣਗੀਆਂ। ਤਾਂ ਹੁਣ ਇਹ ਦੱਸੋ ਵੀ ਲੋਹਾਰਾ ਫਾਰਮ 'ਤੇ ਆਪਾਂ ਮੇਨ ਗੰਨੇ ਦੀ ਖੇਤੀ ਕਰਦੇ ਹਾਂ ਜੀ ਜੀ, ਅਤੇ ਗੰਨੇ ਤੋਂ ਆਪਾਂ ਬਣਾ ਰਹੇ ਹਾਂ ਗੁੜ। ਤੁਸੀਂ ਦੇਖ ਰਹੇ ਹੋ ਬਾਈ, ਅਸੀਂ ਇੱਥੇ ਵੇਲਣਾ ਲਾਇਆ ਹੋਇਆ ਅਤੇ ਪਿਓਰ ਔਰਗੈਨਿਕ ਗੰਨਾ ਇੱਥੇ ਪੈਦਾ ਕਰੀਦਾ ਅਤੇ ਫਿਰ ਉਹਦੇ ਤੋਂ ਪਿਓਰ ਔਰਗੈਨਿਕ ਗੁੜ ਆਪ ਬਣਾਈਦਾ ਅਤੇ ਆਪ ਹੀ ਅੱਗੇ ਲੋਕਾਂ ਨੂੰ ਵੇਚੀਦਾ ਅਤੇ ਲੋਕ ਸਾਡੇ ਤੋਂ ਆ ਕੇ ਲੈ ਕੇ ਜਾਂਦੇ ਆ। ਤਾਂ ਭਾਅ ਜੀ, ਕਿਉਂ ਖਰੀਦਣ ਗੁੜ ਲੋਕ ਤੁਹਾਡੇ ਤੋਂ? ਇਹ ਤਾਂ ਜੀ, ਇੱਕ ਤਾਂ ਇਹ ਹੈ ਜੀ, ਅਸੀਂ ਮਤਲਬ ਸਾਨੂੰ 4 ਸਾਲ ਹੋ ਗਏ ਜੀ, ਹੈ ਨਾ ਜੀ, ਔਰਗੈਨਿਕ ਸਾਡਾ ਵਾਹਣ ਵਾਹਣ ਔਰਗੈਨਿਕ ਹੈਗਾ ਜੀ, 4 ਸਾਲ ਹੋ ਗਏ ਜੀ, ਅਤੇ ਤੀਸਰੀ ਸਾਡਾ ਹੈਗਾ ਜੀ ਇਹ ਫਸਲ ਹੈ ਗੰਨੇ ਦੀ, ਤੀਸਰੀ ਫਸਲ ਹੈ ਅਤੇ ਔਰ ਇਹ ਹੈ ਵੀ ਸਾਡਾ 100% ਜੀ, ਕੁਛ ਵੀ ਇਹਦੇ ਵਿੱਚ ਉਹ ਨਹੀਂ ਹੈਗੀ ਜੀ। ਬਾਕੀ ਜਿਨ੍ਹਾਂ ਨੇ ਪਿਛਲੇ 2 ਸਾਲਾਂ 'ਚ ਵਰਤਿਆ ਜਾਂ ਐਤਕੀ ਵਰਤ ਰਹੇ ਆ, ਉਹੀ ਅੱਗੇ ਤੋਂ ਅੱਗੇ ਉਹ ਆਉਂਦੇ ਆ ਜੀ, ਸਾਡੀ ਤਾਂ ਇਹੀ ਹੈ ਕਹਿਣ ਦੀ ਵੀ ਜੋ ਹੈ ਐਕਚੁਅਲ 'ਚ ਉਹੀ ਹੈ, ਜੋ ਕੁਦਰਤ ਉਹਦੇ ਵਿੱਚ ਗੰਨੇ 'ਚ ਪਾ ਕੇ ਭੇਜਦੀ ਹੈ ਉਹੀ ਤੁਸੀਂ ਗੁੜ 'ਚ ਪਾ ਕੇ ਗੁੜ ਦੇ ਰੂਪ 'ਚ ਲੋਕਾਂ ਨੂੰ ਦੇ ਦਿੰਦੇ ਆ। ਤਾਂ ਮੈਂ ਜਿੱਥੋਂ ਤੱਕ ਜਾਣਦਾ, ਜਿਹੜੇ ਗੁੜ ਦੇ ਕਾਰੋਬਾਰੀ ਹੈ ਜਿਹੜੇ ਕੈਮੀਕਲ ਖੇਤੀ ਵਾਲਾ ਗੁੜ ਬਣਾਉਂਦੇ ਆ, ਤਾਂ ਉਹ ਨਾ ਮੈਲ ਸਾਫ਼ ਕਰਨ ਵਾਸਤੇ ਕੈਮੀਕਲ ਵਰਤਦੇ ਆ ਜੀ ਜੀ ਜੀ। ਤਾਂ ਤੁਸੀਂ ਜਿਹੜਾ ਹੈਗਾ ਕੁਦਰਤੀ ਖੇਤੀ ਵਾਲਾ ਗੰਨਾ ਅਤੇ ਗੁੜ ਵੀ ਔਰਗੈਨਿਕ ਬਣਾਉਣਾ ਜੀ, ਅਤੇ ਫਿਰ ਮੈਲ ਕਾਹਦੇ ਨਾਲ ਸਾਫ਼ ਕਰਨਾ? ਮੈਲ ਅਸੀਂ ਨਾ ਜੀ ਭਿੰਡੀ, ਜਿਹਨੂੰ ਜੰਗਲੀ ਭਿੰਡੀ ਵੀ ਕਹਿੰਦੇ, ਸਿਖਲਾਈ ਵੀ ਕਹਿੰਦੇ ਹੈਗੇ ਜੀ, ਉਹ ਅਸੀਂ ਇੱਥੇ ਆਪਦੇ ਖੇਤ ਦੇ ਵਿੱਚ ਹੀ ਬੀਜਦੇ ਹਾਂ ਜੀ ਉਹਨੂੰ ਜੀ, ਅਤੇ ਉਹਦੇ ਨਾਲ ਹੀ ਉਹਦੇ ਪਾਣੀ ਨਾਲ ਬਣਾ ਕੇ ਜੀ ਲੇਸ ਹੁੰਦੀ ਹੈ ਜੀ ਉਹ ਜੀ, ਅਤੇ ਉਹਦੇ ਨਾਲ ਹੀ ਕਹਿੰਦੇ ਉਹਨੂੰ ਸਾਫ਼ ਕਰਦੇ ਸਾਫ਼ ਕਰਦੇ ਹਾਂ। ਤਾਂ ਮਤਲਬ ਪਿਓਰ ਕੁਦਰਤੀ ਖੇਤੀ ਤਹਿਤ ਗੁੜ ਗੰਨਾ ਪੈਦਾ ਹੁੰਦਾ ਅਤੇ ਪਿਓਰ ਕੁਦਰਤੀ ਤਰੀਕੇ ਨਾਲ ਹੀ ਗੰਨੇ ਨੂੰ ਗੁੜ 'ਚ ਬਦਲਿਆ ਜਾਂਦਾ। ਸੋ ਕਿੰਨੀ ਕੁ ਗ੍ਰਾਹਕੀ ਹੈ, ਕਿੱਥੋਂ ਤੱਕ ਜਾ ਰਿਹਾ ਗੁੜ? ਗੁੜ ਸਾਡਾ ਕਾਫ਼ੀ ਦੂਸਰੀਆਂ ਸਟੇਟਾਂ 'ਚ ਵੀ ਜਾਂਦਾ ਜੀ ਜੀ, ਅਤੇ ਹੌਲੀ ਹੌਲੀ ਵੱਧ ਰਿਹਾ ਜੀ, ਜਿਵੇਂ ਸਾਡਾ ਲਖਨਊ ਵਗੈਰਾ, ਹੈਦਰਾਬਾਦ, ਨਾਗਪੁਰ, ਇੱਧਰ ਪੰਚਕੂਲਾ ਜੀ, ਅਤੇ ਝਾਰਖੰਡ ਦੇ ਵਿੱਚ ਵੀ। ਅੱਛਾ, ਕਈ ਸਾਡੇ ਮਤਲਬ ਪੂਰੇ ਦੇਸ਼, ਮਤਲਬ ਜਦੋਂ ਵੀ ਹਰ ਸੀਜ਼ਨ 'ਚ ਹੈਗੇ ਸਾਡੇ ਇੱਕ ਦੋ ਗ੍ਰਾਹਕ ਉੱਥੇ, ਹਾਂ ਅਤੇ ਉੱਥੇ ਜਾਂਦੇ, ਮਤਲਬ ਪੂਰੇ ਦੇਸ਼ ਦੇ ਵਿੱਚ ਮਾਰ ਕਰਦੇ ਹੋ? ਹੌਲੀ ਹੌਲੀ ਜਾਂਦਾ ਜੀ, ਜਾ ਰਿਹਾ। ਕੁਛ ਪ੍ਰੋਬਲਮਾਂ ਆ ਗਈਆਂ ਇਹਦੀਆਂ, ਕੋਰੀਅਰ ਦੀਆਂ ਜੀ ਜੀ, ਲੋਕਡਾਊਨ ਲੋਕਡਾਊਨ ਕਰਕੇ ਉਹਦਾ ਕਰਕੇ, ਅਤੇ ਨਹੀਂ ਤਾਂ ਕਾਫ਼ੀ ਹੋਰ ਵੀ ਵੱਡੇ ਪੱਧਰ 'ਤੇ ਫੈਲਣਾ ਸੀ। ਹਾਂਜੀ ਹਾਂਜੀ। ਤਾਂ ਮਤਲਬ ਤੁਹਾਡਾ ਗੁੜ ਪੂਰੇ ਦੇਸ਼ 'ਚ ਜਾ ਰਿਹਾ ਜੀ ਜੀ, ਅਤੇ ਮੈਂ ਇੱਕ ਗੱਲ ਹੋਰ ਵੀ ਜਾਣਨਾ ਚਾਹਾਂਗਾ, ਕਦੇ ਇਹੋ ਜਿਹਾ ਹੋਇਆ ਵੀ ਤੁਸੀਂ ਗੰਨੇ ਤੋਂ ਗੁੜ ਬਣਾਇਆ ਅਤੇ ਗੁੜ ਤੁਹਾਡੇ ਪੱਲੇ ਪੈ ਗਿਆ, ਤੁਹਾਨੂੰ ਘਰੇ ਰੱਖਣਾ ਪੈ ਗਿਆ ਵੀ ਕਹੀ ਨਾ ਹੋਵੇ? ਨਹੀਂ ਜੀ ਨਹੀਂ, ਹਾਲੇ ਤੱਕ ਤਾਂ ਨਹੀਂ ਇੱਦਾਂ ਦਾ ਹੋਇਆ। ਮਤਲਬ ਸ਼ਾਰਟੇਜ ਹੀ ਹੁੰਦੀ ਹੈ? ਹਾਂ ਵੀ ਡਿਮਾਂਡ ਵੱਧਦਾ ਵੀ। ਹਾਂਜੀ ਹਾਂਜੀ, ਜਦੋਂ ਹੁਣ ਘਲਾੜਾ ਬੰਦ ਹੋ ਜਾਏਗਾ ਜੀ, ਮਤਲਬ 20 ਦਿਨਾਂ ਨੂੰ, 20-25 ਦਿਨਾਂ ਨੂੰ ਬੰਦ ਹੋ ਜਾਏਗਾ, ਤਾਂ ਉਦੋਂ ਵੱਧ ਤੋਂ ਵੱਧ 2 ਮਹੀਨਿਆਂ 'ਚ ਕਲੀਅਰ ਹੋ ਜਾਂਦਾ, ਅਤੇ ਉਦੋਂ ਬਾਅਦ ਫਿਰ ਅਗਲੇ ਨੂੰ ਕਹਿਣਾ ਪੈਂਦਾ ਵੀ ਅਗਲੇ ਸਾਲ ਗੱਲ ਕਰੀ। ਸੋ ਦੋਸਤੋ, ਇਹੀ ਕਿਸੇ ਵੀ ਕਾਰੋਬਾਰ ਦੀ ਕਾਮਯਾਬੀ ਹੁੰਦੀ ਹੈ ਕਿ ਲੋਕ
ਜਿਹੜੇ ਹੈਗੇ ਆ ਡਿਮਾਂਡ ਇੰਨੀ ਹੋ ਜਾਂਦੀ ਹੈ ਕਿ ਸਾਥੋਂ ਸਪਲਾਈ ਪੂਰੀ ਨਹੀਂ ਆਉਂਦੀ ਜੀ ਜੀ ਤਾਂ ਕਿੰਨੇ ਕਿੱਲੇ ਗੰਨਾ ਕਰਦੇ ਪਏ ਹੋ ਇਸ ਵਾਰ ਚਾਰ ਕਿੱਲਿਆਂ ਤੋਂ ਉੱਪਰ ਹੀ ਸੀਗਾ ਜੀ ਸਵਾ ਚਾਰ ਕਿੱਲੇ ਸਾਢੇ ਚਾਰ ਸੀਗੇ ਜੀ ਅਤੇ ਅਗਲੀ ਵਾਰੀ ਹੋਰ ਥੋੜ੍ਹਾ ਜਿਹਾ ਵਧਾ ਰਹੇ ਹਾਂ ਹੋਰ ਵਧਾ ਰਹੇ ਹਾਂ ਹਾਂਜੀ ਹਾਂਜੀ ਤਾਂ ਹੁਣ ਜਿਹੜਾ ਬੰਦਾ ਤੁਹਾਡੇ ਕੋਲ ਗੁੜ ਲੈਣ ਆ ਰਿਹਾ ਜੀ ਜੀ ਤਾਂ ਉਹਨੂੰ ਹੋਰ ਕੀ ਕੁਝ ਮਿਲੇਗਾ ਤੁਹਾਡੇ ਕੋਲ ਹੋਰ ਅਸੀਂ ਹਲਦੀ ਦਾ ਵੀ ਹੁਣ ਵਧਾ ਰਹੇ ਹਾਂ ਜੀ ਹਲਦੀ ਵੀ ਕਰ ਰਹੇ ਹਾਂ ਜੀ ਜੀ ਅਤੇ ਜਿਵੇਂ ਆਲੂ ਲਾਉਂਦੇ ਹਾਂ ਜੀ ਅਸੀਂ ਬਿੱਡਾਂ ਦੇ ਉੱਤੇ ਲਾਉਂਦੇ ਹਾਂ ਜੀ ਪਿਆਜ਼ ਲਸਣ ਜੀ ਤੇ ਜਿੰਨੀ ਕੁ ਸਰੋਂ ਹੁੰਦੀ ਹੈ ਜੀ ਉਹਦਾ ਤੇਲ ਜੀ ਤਾਂ ਇਹ ਸਾਰੀਆਂ ਆਈਟਮਾਂ ਵੀ ਤੁਹਾਨੂੰ ਕੁਦਰਤੀ ਖੇਤੀ ਤਹਿਤ ਤਿਆਰ ਕੀਤੀਆਂ ਇੱਥੋਂ ਮਿਲਣੀਆਂ ਬਾਕੀ ਜਿਵੇਂ ਸਾਡੇ ਮੋਰਿੰਗਾ ਕਾਫੀ ਲੱਗਿਆ ਹੋਇਆ ਜੀ ਸੁਹਾਂਜਨੇ ਦਾ ਪਾਊਡਰ ਉਹ ਵੀ ਮਿਲੇਗਾ ਤੁਲਸੀ ਹੈ ਉਹਦਾ ਅਸੀਂ ਪਾਊਡਰ ਬਣਾ ਲੈਂਦੇ ਹਾਂ ਜੀ ਜੀ ਜਿੰਨੇ ਵੀ ਇਦਾਂ ਦੀਆਂ ਕੋਈ ਚੀਜ਼ ਤੇ ਜਦੋਂ ਸਾਡੇ ਖੇਤ 'ਚ ਫਲਦਾਰ ਬੂਟੇ ਵੀ ਲੱਗੇ ਆ ਤੇ ਜੇ ਤੁਸੀਂ ਉਸ ਟਾਈਮ ਆਓਗੇ ਤਾਂ ਤੁਹਾਨੂੰ ਫਰੂਟ ਵੀ ਮਿਲੇਗਾ ਉਹ ਵੀ ਤੇ ਥੋੜੀ ਬਹੁਤੀ ਸਬਜ਼ੀ ਵੀ ਅਸੀਂ ਕਰਦੇ ਆ ਹਾਂਜੀ ਹਾਂਜੀ ਉਹ ਵੀ ਇੱਥੋਂ ਮਿਲ ਸਕਦੀ ਆ ਜੀ ਜੀ ਤਾਂ ਭਾਜੀ ਇੱਕ ਜਿਹੜਾ ਲਾਸਟ ਸਵਾਲ ਆ ਜੀ ਕੋਈ ਵੱਖਰਾ ਗੁੜ ਵੀ ਬਣਾਉਂਦੇ ਆ ਹਾਂਜੀ ਫਲੇਵਰ ਮਤਲਬ ਜਿਵੇਂ ਸੌਂਫ ਅਜਵਾਇਣ ਜੀ ਤੇ ਨਾਰੀਅਲ ਦਾ ਪਾਊਡਰ ਪਾ ਕੇ ਜੀ ਉਹ ਹੁੰਦਾ ਜੀ ਇੱਕ ਤਾਂ ਜੀ ਤੇ ਹਲਦੀ ਵਾਲਾ ਜੀ ਅਲਸੀ ਵਾਲਾ ਜੀ ਤੁਲਸੀ ਵਾਲਾ ਤੇ ਸੁਹਾਂਜਨੇ ਵਾਲਾ ਜੀ ਹਾਂਜੀ ਕਈ ਪ੍ਰਕਾਰ ਦੀਆਂ ਜੜੀ ਬੂਟੀਆਂ ਹਾਂਜੀ ਵਾਲਾ ਵੱਖ ਵੱਖ ਫਲੇਵਰਾਂ ਦਾ ਗੁੜ ਵੀ ਤੁਸੀਂ ਲੋਕਾਂ ਨੂੰ ਦਿੰਦੇ ਆ ਛੋਟੀਆਂ ਟੁਕੜੀਆਂ 'ਚ ਇੰਚ ਬਾਈ ਇੰਚ ਦੀ ਕਿਊਬ ਠੀਕ ਹੈ ਤਾਂ ਗੁੜ ਦਾ ਰੇਟ ਕੀ ਰੱਖਿਆ ਹੋਇਆ ਤੇ ਆਪਣਾ ਅੱਡੋ ਅੱਡ ਜਿਹੜੇ ਗੁੜ ਬਣਾ ਰਹੇ ਆ ਉਹਨਾਂ ਦਾ ਰੇਟ ਦੱਸ ਦਿਓ ਗੁੜ ਜਿਹੜਾ ਸਿੰਪਲ ਆ ਪੇਸੀ ਵਾਲਾ ਜੀ ਜਿਹਨੂੰ ਆਪਾਂ ਚਾਹ 'ਚ ਵਰਤ ਲਈਏ ਜਾਂ ਦੁੱਧ 'ਚ ਪਾ ਲਈਏ ਹਾਂਜੀ ਹਾਂਜੀ ਉਹ 110 ਰੁਪਏ ਕਿਲੋ ਹੈ ਜੀ ਇਸ ਸਾਲ ਜੀ ਤੇ ਸ਼ੱਕਰ 140 ਰੁਪਏ ਕਿਲੋ ਹੈ ਜੀ ਤੇ ਜਿਹੜੇ ਉਹ ਦੂਸਰੇ ਫਲੇਵਰ ਵਾਲੇ ਆ ਉਹ 170 ਰੁਪਏ ਕਿਲੋ ਹੈ 170 ਰੁਪਏ ਕਿਲੋ ਕਿਉਂਕਿ ਉਹਨਾਂ ਤੇ ਥੋੜੀ ਜੀ ਮਿਹਨਤ ਜ਼ਿਆਦਾ ਲੱਗਦੀ ਹੈ ਜੀ ਫਰੇਮਿੰਗ ਕਰਨ ਤੇ ਉਹਦੇ ਟਾਈਮਿੰਗ ਕੁਆਲਿਟੀ ਮਿਹਨਤ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਤੇ ਸਭ ਤੋਂ ਵੱਧ ਮੈਟਰ ਕਰਦੀ ਹੈ ਪਿਓਰਟੀ ਇਹ ਸਾਰਾ ਕੁਝ ਤੁਹਾਨੂੰ ਇੱਥੋਂ ਮਿਲੇਗਾ ਬਸ਼ਰਤੇ ਕਿ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਆਓ ਤੇ ਸੰਪਰਕ ਦਿਓ ਦਿਓ ਜੀ ਨੰਬਰ ਦਿਓ ਸਿੱਧਾ ਹਾਂ ਸਾਡਾ ਨੰਬਰ ਹੈਗਾ ਜੀ 94-641-76-076 9464176076 ਲੋਹਾਰਾ ਫਾਰਮ ਸਾਡਾ ਫੇਸਬੁੱਕ ਪੇਜ ਆ ਉਹਦੇ 'ਤੇ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਸਾਡੀ ਵੈਬਸਾਈਟ ਵੀ ਹੈਗੀ ਆ ਉਹਦੇ ਰਾਹੀਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੈੱਲ ਆਈਕਾਊਂਟ 'ਤੇ ਕਰ ਲਿਓ ਕਲਿੱਕ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ